ਇਹ ਗੁਰੂ ਘਰ ਸਥਿਤ ਹੈ ਜਿੱਥੇ ਮਹੱਲਾ ਵਾਸੀਆਂ ਤੇ ਗੁਰੂ ਘਰ ਦੇ ਵਿੱਚੋਂ ਕੁਝ ਨੌਜਵਾਨਾਂ ਵੱਲੋਂ ਇੱਟਾਂ ਰੋੜੇ ਵਰਸਾਉਣ ਦੀ ਗੱਲਬਾਤ ਸਾਹਮਣੇ ਆਈ ਹੈ। ਰਾਮ ਨਾਲ ਗੋਲੀ ਖਾ ਕੇ ਸੁੱਤਾ ਸੀ, ਮੇਰੇ ਦਾ ਸਿਰ ਜਿੱਕ ਆ ਸਿਰ ਪੱਟਾ ਹੋਇਆ ਸਾਰਾ ਤੇ ਮੈਂ ਤੇ 80 ਸਾਲ ਦਾ ਹੋ ਗਿਆ। ਦਿੱਪੜੀ ਟਾਊਨਸ਼ਿਪ ਦੀ ਰੋੜਾ ਗੁਰਦੁਆਰਾ ਆਲਰੇਡੀ 40 ਫੁੱਟ ਅੱਗੇ ਹੋਇਆ ਸੀ। ਇਹਨਾਂ ਨੇ ਨਜਾਇਜ਼ ਤੌਰ ਤੇ ਇਹਨਾਂ ਦੇ ਫਰੰਟ ਤੇ ਸ਼ੈੱਡ ਪਾਉਂਦੇ ਨੇ, ਅਸੀਂ ਰੋਕਦੇ ਹਾਂ, ਜਿਹੜੀ ਅਸੀਂ ਕੋਰਟ 'ਚ ਜਾ ਚੁੱਕੇ ਹਾਂ। ਗੁਰੂ ਘਰ ਦੇ ਵਿੱਚ 100-150 ਬੰਦਾ ਸ਼ਰਾਬ ਪੀ ਕੇ ਰਾਤ ਵੇਲੇ ਵੜਿਆ, ਜਿਸ ਨੇ ਇੱਟਾਂ ਰੋੜੇ ਚਲਾਏ ਨੇ। ਬਾਕੀ ਉਹਦੇ ਸੰਬੰਧੀ ਜਿਹੜਾ ਮਾਨਯੋਗ ਅਦਾਲਤ ਦੇ ਵਿੱਚ ਜੋ ਵੀ ਫੈਸਲਾ, ਇਸ ਘਟਨਾ ਕਿੰਨੇ ਲੋਕ ਜ਼ਖਮੀ ਹੋਏ ਸਰ ਤੁਹਾਡੇ? ਅਜੇ ਜੀ ਇੱਕ ਮਲਾ ਸਾਨੂੰ ਮਸੂਲ ਹੋਈ ਹੈ। ਤੁਸੀਂ ਦੇਖ ਰਹੇ ਸ਼ਬਦਾਂ ਦੀ ਤਾਕਤ ਦਾ ਏਵਨ ਮੀਡੀਆ। ਮੈਂ ਕਿਰਨ ਵਸਿਸ਼ ਤੁਹਾਡਾ ਸਵਾਗਤ ਕਰਦਾ ਤੇ ਅੱਜ ਜਿਹੜੀ ਖਬਰ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਉਹ ਸਾਡੇ ਸਾਰਿਆਂ ਨਾਲ ਸਮਾਜਿਕ ਤੌਰ ਦੇ ਉੱਪਰ ਜੁੜੀ ਹੋਈ ਹੈ। ਅਸੀਂ ਰੋਜ਼ਾਨਾ ਗੁਰੂ ਘਰ ਦੇ ਵਿੱਚ ਜਾ ਕੇ ਨਤਮਸਤਕ ਹੁੰਦੇ ਹਾਂ ਅਤੇ ਉਸ ਪਰਮਾਤਮਾ ਦੇ ਅੱਗੇ ਸਰਬਤ ਦੇ ਭਲੇ ਦੀ ਅਰਦਾਸ ਕਰਦੇ ਹਾਂ, ਪਰ ਉਸੇ ਗੁਰੂ ਘਰ ਦੇ ਵਿੱਚ ਵਾਪਰੀ ਐਸੀ ਘਟਨਾ ਜਿਹਨੂੰ ਦੇਖ ਕੇ ਤੁਸੀਂ ਵੀ ਦੰਗ ਰਹਿ ਜਾਓਗੇ। ਹਾਲਾਂਕਿ ਕੁਝ ਦਿਨ ਪਹਿਲਾਂ ਸੁਲਤਾਨਪੁਰ ਲੋਧੀ ਦੇ ਵਿੱਚ ਨਿਹੰਗਾਂ ਵੱਲੋਂ ਅਤੇ ਪੁਲਿਸ ਵੱਲੋਂ ਹੋਈ ਝੜਪ ਦੇ ਵਿੱਚ ਗੋਲਾਬਾਰੀ ਦੀ ਖਬਰ ਲੋਕਾਂ ਦੇ ਜ਼ਿਹਨ 'ਚ ਉਤਰੀ ਨਹੀਂ ਸੀ। ਹੁਣ ਇੱਕ ਵਾਰ ਫਿਰ ਤੋਂ ਉਹਦੇ ਨਾਲ ਮਿਲਦੀ ਜੁਲਦੀ ਘਟਨਾ ਜਿਹੜੀ ਹੈ ਤ੍ਰਿਪੜੀ ਏਰੀਏ ਦੇ ਵਿੱਚ ਵਾਪਰੀ ਹੈ। ਤ੍ਰਿਪੜੀ ਦੇ ਨਾਲ ਲੱਗਦੇ ਗੁਰੂ ਨਾਨਕ ਨਗਰ ਦੇ ਵਿੱਚ ਇਹ ਗੁਰੂ ਘਰ ਸਥਿਤ ਹੈ ਜਿੱਥੇ ਮਹੱਲਾ ਵਾਸੀਆਂ ਅਤੇ ਗੁਰੂ ਘਰ ਦੇ ਵਿੱਚੋਂ ਕੁਝ ਨੌਜਵਾਨਾਂ ਵੱਲੋਂ ਇੱਟਾਂ ਰੋੜੇ ਵਰਸਾਉਣ ਦੀ ਗੱਲਬਾਤ ਸਾਹਮਣੇ ਆਈ ਹੈ। ਇੱਟਾਂ ਰੋੜੇ ਗੁਰੂ ਘਰ ਦੇ ਵਿੱਚ ਵਰਸਾਏ ਗਏ, ਗੁਰੂ ਘਰ ਤੋਂ ਬਾਹਰ ਮਹੱਲੇ ਵੱਲ ਵਰਸਾਏ ਗਏ। ਇਹ ਖਬਰ ਦੇਖਣੀ ਇਸ ਲਈ ਜ਼ਰੂਰੀ ਹੈ ਕਿਉਂਕਿ ਇਸ ਖਬਰ ਦੀ ਸੱਚਾਈ ਆਖਿਰਕਾਰ ਕੀ ਹੈ। ਇੱਕ ਪਾਸੇ ਮਹੱਲੇ ਵਾਸੀ ਕਹਿ ਰਹੇ ਨੇ ਕਿ ਕੁਝ ਸ਼ਰਾਰਤੀ ਲੋਕ ਗੁਰੂ ਘਰ ਦੀ ਓਟ ਦੇ ਵਿੱਚ ਗੁਰੂ ਘਰ ਦੇ ਬਾਹਰ ਨਜਾਇਜ਼ ਕਬਜ਼ਾ ਕਰ ਰਹੇ ਨੇ ਤੇ ਦੂਜੇ ਪਾਸੇ ਗੁਰੂ ਘਰ ਦੇ ਅੰਦਰੋਂ ਇਸ ਤਰ੍ਹਾਂ ਇੱਟਾਂ ਰੋੜੇ ਚੱਲਣੇ ਜਾਂ ਗੁਰੂ ਘਰ ਦੇ ਵੱਲ ਇੱਟਾਂ ਰੋੜੇ ਚੱਲਣੇ, ਇਹ ਵੀ ਵੱਡੀ ਗੱਲ ਹੈ। ਤੇ ਨਾਲ ਹੀ ਮੱਲਾ ਵਾਸੀਆਂ ਨੇ ਮੀਡੀਆ ਦੇ ਰੂਬਰੂ ਹੋ ਕੇ ਇਹ ਵੀ ਦੱਸਿਆ ਕਿ ਗੁਰੂ ਘਰ ਦੇ ਵਿੱਚ 100-150 ਬੰਦਾ ਸ਼ਰਾਬ ਪੀ ਕੇ ਰਾਤ ਵੇਲੇ ਵੜਿਆ, ਜਿਸ ਨੇ ਇੱਟਾਂ ਰੋੜੇ ਚਲਾਏ ਨੇ। ਇਹ ਵੀ ਵੱਡੀ ਖਬਰ ਹੈ ਜਿਹਦੇ ਕਰਕੇ ਸੋਚਣਾ ਪਏਗਾ ਕਿ ਜੇ ਗੁਰੂ ਘਰਾਂ ਦੇ ਵਿੱਚ ਵਾਕਈ ਅਗਰ ਹੋਇਆ ਤਾਂ ਬੜਾ ਮੰਦਭਾਗ ਹੈ ਕਿ ਗੁਰੂ ਘਰ ਦੇ ਵਿੱਚ ਲੋਕ ਸ਼ਰਾਬ ਪੀ ਕੇ ਚਲੇ ਗਏ। ਇਹ ਕਿਸ ਤਰ੍ਹਾਂ ਹੋ ਸਕਦਾ ਹੈ? ਜਿਸ ਗੁਰੂ ਘਰ ਦੇ ਅੱਗੇ ਅਸੀਂ ਨਤਮਸਤਕ ਹੁੰਦੇ ਹਾਂ ਉੱਥੇ ਕਿਸ ਤਰ੍ਹਾਂ ਕੋਈ ਨਸ਼ੇ ਦਾ ਸੇਵਨ ਕਰਕੇ ਜਾ ਸਕਦਾ ਹੈ? ਇਹ ਵੱਡੇ ਪ੍ਰਸ਼ਨ ਚਿੰਨ੍ਹ ਜਿਹੜੇ ਖੜੇ ਹੋ ਰਹੇ ਨੇ। ਦੂਜੇ ਪਾਸੇ ਮੱਲਾ ਵਾਸੀਆਂ ਨੇ ਇਹ ਵੀ ਕਿਹਾ ਕਿ ਪਹਿਲਾਂ ਇਸ ਜ਼ਮੀਨ ਕਰਕੇ ਇਸ ਜਗ੍ਹਾ ਕਰਕੇ ਮਾਮਲਾ ਮਾਨਯੋਗ ਅਦਾਲਤ ਵਿੱਚ ਹੈ, ਫਿਰ ਵੀ ਇਹ ਘਟਨਾ ਕਿਉਂ ਵਾਪਰੀ ਇਸ ਉੱਪਰ ਸੋਚਣਾ ਹੋਏਗਾ। ਮਾਮਲਾ ਥਾਣਾ ਤ੍ਰਿਪੜੀ ਤੱਕ ਪਹੁੰਚਿਆ ਤੇ ਥਾਣਾ ਤ੍ਰਿਪੜੀ ਦੇ SHO ਬਾਜਵਾ ਸਾਹਿਬ ਵੀ ਖੁਦ ਉੱਥੇ ਪਹੁੰਚ ਕੇ ਸਾਰੀ ਗੱਲਬਾਤ ਨੂੰ ਦੇਖਦੇ ਹੋਏ ਨਜ਼ਰ ਆਏ। ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਟਾਂ ਰੋੜੇ ਲੋਕਾਂ ਦੇ ਘਰਾਂ ਤੱਕ ਬਿਖਰੇ ਪਏ ਨੇ ਤੇ ਨਾਲ ਹੀ ਜਿਹੜੇ ਲੋਕ ਨੇ ਸਾਫ਼ ਤੌਰ ਦੇ ਉੱਪਰ ਇਲਜ਼ਾਮ ਲਗਾ ਰਹੇ ਨੇ ਕਿ ਗੁਰੂ ਘਰ ਦੇ ਅੱਗੇ ਜਗ੍ਹਾ ਘੱਟ ਹੈਗੀ ਹੈ, ਇੱਥੇ ਪਬਲਿਕ ਲੰਘਦੀ ਹੈ ਤਾਂ ਦਿੱਕਤ ਹੁੰਦੀ ਹੈ, ਪਹਿਲੇ ਗੁਰੂ ਘਰ 40 ਫੁੱਟ ਅੱਗੇ ਹੈ ਪਰ ਫਿਰ ਵੀ ਚਲੋ ਗੁਰੂ ਘਰ ਹੈਗਾ। ਇਹਦੇ ਅੱਗੇ ਕੁਛ ਸ਼ਰਾਰਤੀ ਲੋਕ ਗੁਰੂ ਘਰ ਦੇ ਨਾਮ ਦੇ ਉੱਪਰ ਅੱਗੇ ਵਾਲੇ ਸ਼ੈੱਡ ਪਾ ਕੇ ਕਬਜ਼ਾ ਕਰਨ ਜਾ ਰਹੇ ਸਨ। ਸੋ ਜਿਸ ਤੋਂ ਲੈ ਕੇ ਪਹਿਲਾ ਮਾਮਲਾ ਮਾਨਯੋਗ ਅਦਾਲਤ ਵਿੱਚ ਵੀ ਹੈ, ਫਿਰ ਵੀ ਮੱਲਾ ਵਾਸੀਆਂ ਦੇ ਵਿੱਚ ਤੇ ਉਹ ਜਿਹੜੇ ਗੁਰੂ ਘਰ ਦੇ ਵਿੱਚ ਆਏ ਹੋਏ ਲੋਕ ਸੀ ਉਹਨਾਂ ਵਿੱਚ ਤਕਰਾਰ ਹੋ ਜਾਂਦੀ ਹੈ ਤੇ ਇੱਟਾਂ ਰੋੜੇ ਤੱਕ ਚੱਲ ਜਾਂਦੇ ਨੇ। ਮੱਲਾ ਵਾਸੀਆਂ ਦਾ ਇਹ ਇਲਜ਼ਾਮ ਬਹੁਤ ਜ਼ਿਆਦਾ ਗੰਭੀਰ ਹੈ ਕਿ 100-150 ਬੰਦਾ ਗੁਰੂ ਘਰ ਦੇ ਵਿੱਚ ਸ਼ਰਾਬ ਪੀ ਕੇ ਵੜ ਗਿਆ। ਸੋ ਇਸ ਵਿੱਚ ਸੱਚਾਈ ਕੀ ਹੈ ਤਾਂ ਜਾਂਚ ਦਾ ਵਿਸ਼ਾ, ਪਰ ਇਸ ਖਬਰ ਤੋਂ ਬਾਅਦ ਪੂਰੇ ਮਹੱਲੇ ਵਿੱਚ ਪੂਰੇ ਏਰੀਏ ਦੇ ਵਿੱਚ ਇੱਕ ਤਰ੍ਹਾਂ ਦਾ ਸਹਿਮ ਦਾ ਮਾਹੌਲ ਹੈ ਕਿ ਅਗਰ ਗੁਰੂ ਘਰਾਂ ਦੇ ਵਿੱਚ ਹੀ ਇਸ ਤਰ੍ਹਾਂ ਇੱਟਾਂ ਰੋੜੇ ਚੱਲਣਗੇ ਤਾਂ ਕਿਸ ਤਰ੍ਹਾਂ ਲੋਕ ਗੁਰੂ ਘਰ ਦੇ ਵਿੱਚ ਜਾ ਕੇ ਸਰਬੱਤ ਦੇ ਭਲੇ ਦੀ ਅਰਦਾਸ ਕਰਨਗੇ। ਮੇਰਾ ਨਾਮ ਸੰਤੋਖ ਸਿੰਘ। ਇਹ ਮਾਮਲਾ ਕੀ ਹੈ ਜਿਹੜਾ ਪਥਰਾਵ ਹੋਇਆ, ਕੀ ਮਾਮਲਾ ਕੀ ਹੈ? ਇਹ ਮਾਮਲਾ ਜੀ, ਮੈਂ ਸਭ ਤੋਂ ਪਹਿਲਾਂ ਇੱਕ ਜਦੋਂ ਗੁਰੂ ਘਰ ਬਣਿਆ ਮੈਂ 45 ਸਾਲ ਦਾ ਸੀ, ਹੁਣ ਮੈਂ ਇੱਕ ਘੱਟ 80 ਸਾਲ ਦਾ ਮੈਂ ਹੁਣ ਜਿਸ ਵੇਲੇ ਗੁਰਦੁਆਰਾ ਬਣਾਇਆ ਸੀਗਾ ਤੇ ਸਤਿਗੁਰੂ ਦੀ ਕਿਰਪਾ ਨਾਲ ਇੱਥੇ 6 ਸਾਲ ਗੁਰੂ ਗ੍ਰੰਥ ਸਾਹਿਬ ਇੱਥੇ ਮੇਰੇ ਘਰ ਹੀ ਰਿਹਾ। ਹਾਂਜੀ, ਜਦੋਂ ਮੀਂਹ ਆ ਗਿਆ ਸੀ ਕੋਈ ਨਹੀਂ ਆਇਆ ਤੇ ਮੈਂ ਉਸ ਵੇਲੇ ਵੀ ਗੁਰੂ ਗ੍ਰੰਥ ਸਾਹਿਬ ਨੂੰ ਆਪਣੇ ਸਿਰ ਤੇ ਚੁੱਕ ਕੇ ਮੇਰਾ ਸਮਾਨ ਤੇ ਰੁੜ ਗਿਆ, ਪਰ ਮੈਂ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਕੋਈ ਕਾਰਵਾਈ ਨਹੀਂ ਆਉਂਦੀ। ਜਿਹੜੇ ਲੋਕ ਹਮਲਾ ਕੀਤੇ ਕੌਣ ਹੈ? ਇਹ ਜਿਹੜਾ ਪਹਿਲਾਂ ਇੱਕ ਉਹਦਾ ਨਾਮ ਕੀ ਹੈ, ਮਿਊਨਸੀਪਲਟੀ ਕਮਿਸ਼ਨਰ ਦਾ ਜਿਹੜਾ ਲੱਗਾ ਸੀ ਰਾਜੂ ਬੰਦੇ ਲਿਆਉਂਦਾ, ਉਹਨੇ ਮੇਰੇ ਰਾਜੂ ਪਹਿਲਾਂ ਮਿਊਨਸੀਪਲ MC ਬਣਿਆ ਸੀ ਜੀ। ਮੇਰੇ 7 ਵਜੇ ਮੈਂ ਤਾਂ ਇੱਥੋਂ ਆਰਾਮ ਨਾਲ ਗੋਲੀ ਖਾ ਕੇ ਸੁੱਤਾ ਸੀ, ਮੇਰੇ ਦਾ ਸਿਰ ਜਿੱਕ ਆ ਸਿਰ ਪੱਟਾ ਹੋਇਆ ਸਾਰਾ ਤੇ ਮੈਂ ਤੇ 80 ਸਾਲ ਦਾ ਹੋ ਗਿਆ ਤੇ ਮੈਂ ਤੇ ਆਪਣੇ ਕਿੱਦਾਂ ਦੀ ਕਾਰਵਾਈ ਦੀ ਮੰਗ ਕਰਦੇ ਹੋ? ਮੈਂ ਡਿਮਾਂਡ ਕਰਦਾ ਪੁਲਿਸ ਜਿਹੜੀ ਆ ਸਹੀ ਮੈਨੇਜ ਆਵੇ, ਪੁਲਿਸ ਸਹੀ ਨਹੀਂ ਆਈ, ਦੇ ਆਰ ਨਾਟ ਫਿਟ ਫਾਰ ਪੁਲਿਸ ਜੋਬ, ਕਿਉਂਕਿ ਉਹ ਇਕੱਲਾ ਹੀ ਆਇਆ,
ਉਹਨੂੰ ਬੰਦੇ ਲਿਆਉਣੇ ਚਾਹੀਦੇ ਸੀ, ਝਗੜਾ ਨਾ ਹੁੰਦਾ। ਮੈਂ ਚਾਹੁੰਦਾ ਸੀ, ਮੈਂ ਉਹਨੂੰ ਇੱਕ ਬੇਨਤੀ ਕੀਤੀ ਸੀ ਵੀ ਇਹ ਝਗੜਾ ਨਹੀਂ ਹੋਣਾ ਚਾਹੀਦਾ, ਤੁਸੀਂ ਕਾਰਵਾਈ ਕਰੋ ਤਾਂ ਜੋ ਝਗੜਾ ਨਾ ਹੋਵੇ। ਕੀ ਕਬਜ਼ਾ ਕਰ ਰਹੇ, ਕੀ ਕਰ ਰਹੇ? ਕਬਜ਼ਾ ਕਰ ਰਹੇ ਸੀ ਰਾਤ ਨੂੰ, ਹੈਂਜੀ। ਤਕਲੀਫ ਸਾਰੀ ਉਹਨਾਂ ਨੂੰ, ਸਾਨੂੰ ਤੇ ਇੰਨੀ ਜ਼ਿਆਦਾ ਤਕਲੀਫ ਜਿਹੜੀ ਘੱਟ ਤੋਂ ਘੱਟ ਸੀ। ਇਹਨਾਂ ਦਾ ਰਾਹ ਬੰਦ ਕਰ ਰਹੇ ਸੀ ਤੇ ਅਸੀਂ ਜਿਹੜੇ ਸੀ ਰੋਕ ਰਹੇ ਸੀ ਵੀ ਰਾਹ ਕਿਉਂ ਰੋਕ ਰਹੇ ਜੇ ਪੁੱਤਰ, ਅਸੀਂ ਵੀ ਸਿਆਣੇ ਬੰਦੇ ਹਾਂ, ਇੱਥੇ ਹੀ ਰਹੇ ਹਾਂ, ਤੇ ਤੁਸੀਂ ਆਹ ਕੰਮ ਨਾ ਕਰੋ। ਉਲਟਾ ਸਿੱਧਾ ਗੁਰੂ ਗ੍ਰੰਥ ਸਾਹਿਬ ਤੇ ਚੱਲੇ, ਸਾਨੂੰ ਕੋਈ, ਅਸੀਂ ਤਾਂ ਆਪ ਮੱਥਾ ਟੇਕਦੇ, ਸਵੇਰੇ ਸਵੇਰੇ ਜਾ ਕੇ ਮੱਥਾ ਟੇਕਦੇ ਹਾਂ। ਇਹ ਕਰ, ਮੇਰਾ ਨਾਮ ਐਡਵੋਕੇਟ ਰਾਜਿੰਦਰ ਸਿੰਘ ਹੈ ਜੀ। ਇਹ ਜਿਹੜਾ ਮੈਟਰ ਹੈ, ਤ੍ਰਿਪੜੀ ਟਾਊਨਸ਼ਿਪ ਦੀ ਰੋਡ ਹੈ, ਤ੍ਰਿਪੜੀ ਟਾਊਨਸ਼ਿਪ ਦੀ ਰੋਡ ਹੈ, ਗੁਰਦੁਆਰਾ ਆਲਰੇਡੀ 40 ਫੁੱਟ ਅੱਗੇ ਹੋਇਆ। ਇਹਨਾਂ ਨੇ ਨਜਾਇਜ਼ ਤੌਰ ਤੇ ਇਹਨਾਂ ਦੇ ਫਰੰਟ ਤੇ ਸ਼ੈੱਡ ਪਾਉਂਦੇ ਨੇ, ਅਸੀਂ ਰੋਕਦੇ ਹਾਂ। ਜਿਹੜੀ ਅਸੀਂ ਕੋਰਟ 'ਚ ਜਾ ਚੁੱਕੇ ਹਾਂ, ਕੋਰਟ 'ਚ ਨੋਟਿਸ ਹੋਇਆ ਪਿਆ, ਇਹਨਾਂ ਨੂੰ SHO ਸਾਹਿਬ ਦੀ ਨੌਲੇਜ ਹੈ ਇਹ ਗੱਲ। SHO ਸਾਹਿਬ ਨੇ ਇਹਨਾਂ ਨੂੰ ਕੱਲ੍ਹ ਬੁਲਾ ਕੇ ਕਿਹਾ ਸੀਗਾ ਵੀ ਤੁਸੀਂ ਮੰਡੇ ਨੂੰ ਕੋਰਟ 'ਚ ਪੇਸ਼ ਹੋ ਜਾਓ, ਪਰ ਇਹਨਾਂ ਨੇ ਜਾਣ ਬੁੱਝ ਕੇ ਰਾਤ ਨੂੰ 100-150 ਬੰਦਾ ਦਾਰੂ ਪੀ ਕੇ ਗੁਰਦੁਆਰੇ 'ਚ ਇਕੱਠਾ ਹੋਇਆ, ਪੂਰੇ ਜ਼ਬਰਦਸਤੀ ਸ਼ੈੱਡ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਜੇ ਅਸੀਂ ਮੁਹੱਲੇ ਵਾਲਿਆਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਹੈ ਤਾਂ ਇਹਨਾਂ ਨੇ ਉੱਪਰ ਚੜ੍ਹ ਕੇ ਉੱਪਰੋਂ ਇੱਟਾਂ ਮਾਰਨੀਆਂ ਸਟਾਰਟ ਕੀਤੀਆਂ, ਮੇਰੇ ਘਰੇ ਇੱਟਾਂ ਮਾਰੀਆਂ ਨੇ, ਹਮਲਾ ਕੀਤਾ, ਇਹ ਸਾਡੇ ਫਾਦਰ ਸਾਹਿਬ ਦੇ ਇੱਥੇ ਮਾਰਿਆ ਜੀ, ਠੀਕ ਹੈ, ਮੇਰੀ ਵਾਈਫ ਦੇ ਮਾਰੀਆਂ ਨੇ, ਇਹ ਬਿਨਾਂ ਮਤਲਬ ਤੋਂ ਨਜਾਇਜ਼ ਕਰ ਰਹੇ ਨੇ, ਇਹਦੇ ਨਾਲ ਸਾਡੀ ਟ੍ਰੈਫਿਕ ਜਾਮ ਹੁੰਦੀ ਹੈ, ਸਾਡੇ ਸਾਰੇ ਮੁਹੱਲੇ ਵਾਲੇ ਇਸ ਚੀਜ਼ ਦੇ ਨਾਲ ਨੇ ਵੀ ਗੁਰੂ ਘਰ ਦੇ ਨਾਮ ਤੇ ਕੁਛ ਬੰਦੇ ਨੇ ਜਿਹੜੇ ਇਹ ਕਰਦੇ ਨੇ, ਜਿਹਦੇ ਚ ਰਾਜੂ MC XMC ਰਾਜੂ ਹੈ ਜੀ, ਉਹ ਸਭ ਤੋਂ ਅੱਗੇ ਹੈ, ਉਹਦੀ ਹੀ ਅੱਗ ਲਾਈ ਹੋਈ ਹੈ ਸਾਰੀ। ਉਸ ਤੋਂ ਬਾਅਦ ਲਖਵਿੰਦਰ ਸਿੰਘ ਚਤਰਾ, ਸੁਖਚੈਨ ਸਿੰਘ ਦਰਜੀ, ਉਹ ਪੁਲਿਸ ਵਾਲਿਆਂ ਦੀ ਜਿਹੜੀ ਹੈਗੀ ਵਰਦੀ ਚਿੰਦਾ, ਇਸ ਲਈ ਉਹ ਪੁਲਿਸ ਵਾਲਿਆਂ ਤੇ ਉਹਦੀ ਬਣਦੀ ਹੈ, ਪੁਲਿਸ ਵਾਲੇ ਉਹਦੀ ਸਾਈਡ ਲੈਂਦੇ ਨੇ। ਉਸ ਤੋਂ ਬਾਅਦ ਇੱਕ RPS ਮਲਹੋਤਰਾ ਆਮ ਆਦਮੀ ਪਾਰਟੀ ਦਾ, ਉਹ ਇਸ 'ਚ ਜ਼ਿਆਦਾ ਇੰਟਰਸਟ ਲੈ ਰਿਹਾ, ਇਹਨਾਂ ਨੂੰ ਸਪੋਰਟ ਕਰ ਰਿਹਾ। ਸਾਡੇ ਮੁਹੱਲੇ 'ਚ ਉਹਦਾ ਕੋਈ ਲੈਣ ਦੇਣ ਨਹੀਂ ਹੈਗਾ, ਉਹ ਬਿਨਾਂ ਮਤਲਬ ਤੋਂ ਸਾਡੇ ਮੁਹੱਲੇ ਦਾ ਮਾਹੌਲ ਖਰਾਬ ਕਰ ਰਿਹਾ। ਔਰ ਜਿੰਨੀ ਇਹ ਪਬਲਿਕ ਹੈਗੀ, ਇਹ ਸਾਰੀ ਪਿਛਲੀਆਂ ਗਲੀਆਂ ਦੀ ਹੈਗੀ, ਕੋਈ ਵੀ ਬੰਦਾ ਸਾਡੀ ਗਲੀ ਦਾ ਨਹੀਂ ਹੈਗਾ ਜਿਹੜਾ ਕੱਲ ਗੁਰਦੁਆਰਿਓਂ ਜਿਹੜਾ ਲੜਿਆ, ਇਹ ਸਾਰੇ ਪਿਛਲੇ ਮੁਹੱਲੇ 'ਚੋਂ ਆਣ ਕੇ ਪੂਰੇ ਆਮ ਆਦਮੀ ਪਾਰਟੀ ਦੇ ਉੱਤੇ ਸਵਾਲ ਖੜੇ ਕਰ ਰਹੇ ਹੋ, ਲੇਕਿਨ ਮੁੱਖ ਮੰਤਰੀ ਵੱਲੋਂ ਕਿਹਾ ਗਿਆ ਕਿ ਨਜਾਇਜ਼ ਕਬਜ਼ੇ ਨਹੀਂ ਹੋਣਗੇ। ਜਨਾਬ ਉਹ ਕਰ ਰਹੇ, ਇਹ ਹੋ ਰਿਹਾ, ਤੁਹਾਡੇ ਸਾਹਮਣੇ ਹੋ ਰਿਹਾ, ਸ਼ਰੇਆਮ ਹੋ ਰਿਹਾ ਜੀ, ਇਹ ਸ਼ਰੇਆਮ ਹੋ ਰਿਹਾ ਜੀ, ਇੱਥੇ ਬੈਠ ਕੇ ਭੰਗਾ ਘੋੜਦੇ ਨੇ, ਜਿਹਦੀਆਂ ਵੀਡੀਓ ਸਾਡੇ ਕੋਲ ਨੇ, ਧੀਆਂ ਭੈਣਾਂ ਦਾ ਮਹੱਲਾ ਹੈਗਾ। ਕਿੰਨੇ ਵਜੇ ਦੀ ਘਟਨਾ ਹੈ? ਸਾਨੂੰ ਕੱਲ 9:30 ਦੀ ਘਟਨਾ ਹੈ ਜੀ। ਪੁਲਿਸ ਨੂੰ ਕੰਪਲੇਂਟ ਦਿੱਤੀ? ਪੁਲਿਸ ਨੂੰ ਅਸੀਂ ਜਾ ਕੇ ਬਹੁਤ ਰਿਕੁਐਸਟ ਕੀਤੀ, ਜਿਹੜੀ ਵੀਡੀਓ ਮੇਰੇ ਕੋਲ ਪਈ ਹੈਗੀ ਹੈ, SI ਲਖਵੀਰ ਨੂੰ ਮੈਂ ਬਹੁਤ ਕਿਹਾ ਵੀ ਆਜੋ ਸਰ ਆਜੋ, ਵੀ ਉੱਥੇ ਕੁਝ ਵੀ ਹੋ ਸਕਦਾ, ਆਇਆ ਔਰ ਉਹ ਵਰਵਲੀ ਗੇੜਾ ਲਾ ਕੇ ਚਲੇ ਗਿਆ। ਉਸ ਤੋਂ ਬਾਅਦ ਜਦੋਂ ਕਾਰਵਾਈ ਅਸੀਂ ਚਾਹੁੰਦੇ ਹਾਂ ਜੀ, ਇਹ ਕੰਧਾਂ ਢੱਠਣ, ਰੋਡ ਪੂਰਾ ਵਾਈਡ ਹੋਵੇ, ਕੋਈ ਪ੍ਰੋਬਲਮ ਨਾ ਹੋਵੇ, ਪਾਰਕਿੰਗ ਦੀ ਸਪੇਸ ਹੈ, ਲੋਕ ਪਾਰਕਿੰਗ ਵਰਤਣ, ਜਦੋਂ ਗੁਰੂ ਘਰ ਨੂੰ ਲੰਗਰ ਦੀ ਲੋੜ ਹੈ ਵਰਤਣ, ਜਿਵੇਂ ਮਰਜ਼ੀ ਅਸੀਂ ਕਿਸੇ ਨੂੰ ਨਹੀਂ ਰੋਕਦੇ। ਥੈਂਕ ਯੂ ਸਰ। ਗੁਰਦੁਆਰਾ ਸਾਹਿਬ ਦੇ ਦੋ ਪਾਰਟੀਆਂ ਭੀੜੀਆਂ ਤੇ ਰੋੜੇ ਵੱਟੇ ਜਿਲ੍ਹੇ, ਮਾਮਲਾ ਕੀ ਹੈ? ਇਹ ਜੀ ਗੁਰਦੁਆਰਾ ਸਾਹਿਬ ਦੀ ਥੋੜੀ ਜਿਹੀ ਜਗ੍ਹਾ ਜੀ, ਉਹਦੇ ਤੇ ਦੋਨੇ ਤਰ੍ਹਾਂ ਆਪਣਾ ਜਿਹੜਾ ਹੱਕ ਜਤਾਉਂਦੇ ਆ, ਇੱਕ ਪਾਰਟੀ ਉੱਥੇ ਲੰਗਰ ਹਾਲ ਦਾ ਸ਼ੈੱਡ ਪਾਉਣਾ ਚਾਹੁੰਦੀ, ਇੱਕ ਪਾਰਟੀ ਕਹਿੰਦੀ ਵੀ ਉਹ ਜਿਹੜੀ ਜਗ੍ਹਾ ਜਿੱਦਾਂ ਐਜ਼ ਇਟ ਇਜ਼ ਹੈ ਉਵੇਂ ਰਹੇ। ਸੋ ਉਸ ਨੂੰ ਲੈ ਕੇ ਮਾਮਲਾ ਜਿਹੜਾ ਮਾਲਕੀ ਅਦਾਲਤ ਦੇ ਵਿੱਚ ਵੀ 11 ਤਰੀਕ ਹੈ ਉਹਦੀ, ਉਸ ਜਗ੍ਹਾ ਨੂੰ ਲੈ ਕੇ ਥੋੜਾ ਤਕਰਾਰਬਾਜ਼ੀ ਹੋਈ ਹੈ ਤੇ ਉਹਦੇ ਸੰਬੰਧੀ ਜਿਹੜੀ ਜਾਣਕਾਰੀ ਹੈ। ਸਰ ਕੋਈ ਸੁਣਨ ਤੇ ਵੀ ਆਇਆ ਕਿ ਗੁਰੂ ਘਰ ਤੋਂ ਦਾਰੂ ਦੀਆਂ ਬੋਤਲਾਂ ਵੀ ਮਾਰੀਆਂ ਗਈਆਂ? ਨਹੀਂ ਨਹੀਂ ਜੀ, ਕੋਈ ਗੱਲ ਸਾਹਮਣੇ ਇਸ ਤੱਕ ਸਾਡੀ ਟੀਮ ਮੌਕੇ ਤੇ ਪਹੁੰਚ ਗਈ ਸੀ, ਕੋਈ ਰਹੀ ਗੱਲ ਤੇ ਸਰਕਾਰੀ ਜ਼ਮੀਨ ਹੈ ਕੀ ਸਰ ਕੋਈ ਇਸ ਸੰਬੰਧੀ? ਰੈਵਨਿਊ ਮਹਿਕਮੇ ਨੂੰ ਪਤਾ, ਪਰ ਹਾਲ ਦੀ ਘੜੀ ਜਿਹੜਾ ਕਬਜ਼ਾ ਜਾਂ ਜੋ ਚਾਰ ਦੁਆਰੀ ਕੀਤੀ ਹੈ ਗੁਰੂ ਘਰ ਵਾਲਿਆਂ ਨੇ ਕੀਤੀ ਹੋਈ ਹੈ ਛੋਟੀ ਜਿਹੀ ਚਾਰ ਦੁਆਰੀ, ਬਾਕੀ ਉਹਦੇ ਸੰਬੰਧੀ ਜਿਹੜਾ ਜੋ ਮਾਨਯੋਗ ਅਦਾਲਤ ਦੇ ਵਿੱਚ ਜੋ ਵੀ ਫੈਸਲਾ। ਇਸ ਘਟਨਾ ਕਿੰਨੇ ਲੋਕ ਜ਼ਖਮੀ ਹੋਏ ਸਰ ਟੋਟਲ? ਅਜੇ ਜੀ 1 MLR ਸਾਨੂੰ ਮਸੂਲ ਹੋਈ ਹੈ, ਉਹਦੇ ਸੰਬੰਧੀ ਥਾਣੇਦਾਰ ਸਾਹਿਬ ਉੱਥੇ ਜਾ ਕੇ ਕਿੱਦਾਂ ਦੀ ਕਾਰਵਾਈ ਕਰ ਰਹੇ ਹੋ? ਜੋ ਵੀ ਡਾਕਟਰ ਸਾਹਿਬ ਰਿਪੋਰਟ ਦੇਣਗੇ ਜੀ ਉਸ ਹਿਸਾਬ ਨਾਲ ਕਰਾਂਗੇ।